ਜਦੋਂ ਮੈਂ ਆਪਣੀ ਫੈਮਿਲੀ ਦੇ ਨਾਲ ਗਿਆ ਸੀਗਾ ਅਮਰੀਕਾ, ਉਦੋਂ ਪੈਬਲ ਵਿੱਚ ਗੋਲਫ ਕਲੱਬ ਤੋਂ ਮੈਂ ਕਿਸੇ ਪ੍ਰੋਫੈਸ਼ਨਲ ਨੂੰ ਦੇਖਿਆ ਸੀਗਾ ਕਿ ਉਸ ਤੋਂ ਬਾਅਦ ਤਾਂ ਮੈਨੂੰ ਫਿਰ ਹੋ ਗਿਆ ਕਿ ਗੋਲਫ ਖੇਲਣੀ ਹੈ, ਗੋਲਫ ਖੇਲਣੀ ਹੈ। ਸ਼ੁਰੂਆਤ ਕਿੰਨੇ ਸਾਲ ਦੀ ਉਮਰ ਦੇ ਵਿੱਚ ਕੀਤੀ ਹੈ? ਸ਼ੁਰੂਆਤ ਮੈਂ 6-7 ਸਾਲ ਦਾ ਸੀਗਾ ਉਦੋਂ। ਇੱਕ ਚੰਗੇ ਗੋਲਫਰ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਹੈ? ਵਧੀਆ ਐਟੀਟਿਊਡ ਹੋਣਾ ਚਾਹੀਦਾ ਹੈ, ਪੇਸ਼ੈਂਸ ਹੋਣੀ ਚਾਹੀਦੀ ਹੈ। ਲੱਗਦਾ ਹੈ ਕਿ ਇਹ ਗੋਲਫਰ ਘੱਟ ਨਿਕਲਦੇ ਨੇ ਅਤੇ ਤੀਸਰਾ ਗੋਲਫਰ ਸਾਡੇ ਪੰਜਾਬ ਤੋਂ ਹੋਏਗਾ, ਔਰ ਉਹ ਵੀ ਕਪੂਰਥਲਾ ਡਿਸਟ੍ਰਿਕਟ ਤੋਂ। 5 ਮੈਚ ਹੋਣੇ ਕੁਆਲੀਫਾਈ ਦੇ, ਉਹਦੇ ਵਿੱਚ ਆਬੂ ਧਾਬੀ ਲਈ ਕੁਆਲੀਫਾਈ ਕਰਨਾ। ਇਹ ਇੰਡੀਆ ਦੇ ਵਿੱਚ ਕਿਹੜੇ ਕਿਹੜੇ ਪਲੇਅਰਸ ਆ ਜਿਹੜੇ ਤੁਹਾਡੇ ਆਈਡਲ ਨੇ? ਮੇਰਾ ਮੇਨ ਆਈਡਲ ਗਗਨਜੀਤ ਭੁੱਲਰ, ਔਰ ਮੇਰੇ ਕੋਚ ਔਰ ਟਾਈਗਰ ਵੁੱਡਸ। ਜਿੱਦਾਂ ਹੁਣ ਕਈ ਗੋਲਫਰ ਜਿਹੜੇ ਬਿਗਨਰ ਹੁੰਦੇ ਆ, ਉਹਦਾ ਵਾਰਮ ਅਪ ਹੀ ਨਹੀਂ ਕਰਦੇ, ਵਾਰਮ ਨਹੀਂ ਕਰਦੇ ਸੀ, ਸ਼ਾਟ ਮਾਰਦੇ, ਜ਼ੋਰ ਲਾਉਂਦੇ ਆ। ਜਦੋਂ ਤੁਸੀਂ ਸਟਾਰਟ ਕੀਤਾ ਸੀਗਾ ਤੇ ਉਹ ਕਿਹੜੀ ਗਲਤੀਆਂ ਸੀ ਜਿਹੜੀਆਂ ਤੁਸੀਂ ਕਰਦੇ ਸੀਗੇ, ਤੇ ਤੁਹਾਨੂੰ ਲੱਗਦਾ ਕਿ ਓਵਰ ਦਾ ਪੀਰੀਅਡ ਉਹ ਗਲਤੀਆਂ ਜਿਹੜੀਆਂ ਹੁਣ ਮੈਂ ਨਹੀਂ ਕਰ ਰਿਹਾ? ਹਿਟਿੰਗ ਦਾ ਬਹੁਤ ਜ਼ਿਆਦਾ ਵਧੀਆ ਕਿ ਲੰਬੀ ਮਾਰਨੀ ਆ, ਸਿੱਧੀ ਮਾਰਨੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ, ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਇੱਕ ਵਾਰ ਹੋਰ ਇੱਕ ਵਾਰ ਨਵਾਂ ਸਪੋਰਟਸ ਸਟਾਰ ਮੈਂ ਲੈ ਕੇ ਫਿਰ ਤੋਂ ਹਾਜ਼ਰ ਹਾਂ, ਪਰ ਇਸ ਵਾਲਾ ਸਪੋਰਟਸ ਸਟਾਰ ਜਿਹੜਾ ਆ ਉਮਰ ਤੋਂ ਭਾਵੇਂ ਨਿੱਕਾ ਆ ਪਰ ਸੁਪਨੇ ਵੱਡੇ ਨੇ। ਗੋਲਫਰ ਹੈ ਔਰ ਐਡੀ ਮਹਿੰਗੀ ਜਿਹੜੀ ਗੇਮ ਹੈ ਉਹਨੂੰ ਹੱਥ ਪਾਉਣਾ, ਉਸ ਤੋਂ ਬਾਅਦ ਉਸ ਗੇਮ ਦੇ ਵਿੱਚ ਪਰਸੂ ਕਰਨਾ ਬਹੁਤ ਔਖਾ ਹੁੰਦਾ ਹੈ। ਮੇਰੇ ਨਾਲ ਇਸ ਟਾਈਮ ਮਨਰਾਜ ਦਿਓਲ ਨੇ। ਮਨਰਾਜ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਗੋਲਫਰ ਉਹ ਵੀ ਛੋਟੀ ਉਮਰ ਦੇ ਵਿੱਚ, ਸ਼ੁਰੂਆਤ ਕਿਵੇਂ ਹੋਈ? ਪਹਿਲਾਂ ਤਾਂ ਇਹੀ ਸਵਾਲ ਸੀ ਮੇਰਾ। ਸ਼ੁਰੂਆਤ ਜਦੋਂ ਮੈਂ ਆਪਣੀ ਫੈਮਿਲੀ ਦੇ ਨਾਲ ਗਿਆ ਸੀਗਾ ਅਮਰੀਕਾ, ਉਦੋਂ ਪੈਬਲ ਵਿੱਚ ਗੋਲਫ ਕਲੱਬ ਤੋਂ ਮੈਂ ਕਿਸੇ ਪ੍ਰੋਫੈਸ਼ਨਲ ਨੂੰ ਦੇਖਿਆ ਸੀਗਾ ਕਿ ਉਸ ਤੋਂ ਬਾਅਦ ਤਾਂ ਮੈਨੂੰ ਫਿਰ ਹੋ ਗਿਆ ਕਿ ਗੋਲਫ ਖੇਲਣੀ ਹੈ, ਗੋਲਫ ਖੇਲਣੀ ਹੈ। ਅੱਛਾ, ਸ਼ੁਰੂਆਤ ਕਿੰਨੇ ਸਾਲ ਦੀ ਉਮਰ ਦੇ ਵਿੱਚ ਕੀਤੀ ਹੈ? ਸ਼ੁਰੂਆਤ ਮੈਂ 6-7 ਸਾਲ ਦਾ ਸੀਗਾ ਉਦੋਂ ਮੈਂ ਜਦੋਂ ਸ਼ੁਰੂਆਤ ਕਰ ਲਈ ਹੈ। ਅਤੇ ਸ਼ੁਰੂਆਤ ਇਸੇ ਗਰਾਊਂਡ ਤੋਂ ਹੋਈ ਹੈ? ਹਾਂਜੀ ਹਾਂਜੀ, ਪੀਏਪੀ ਤੋਂ ਹੋਈ ਹੈ। ਅਤੇ ਮੱਟੂ ਸਾਹਿਬ ਵੀ ਕੋਚ ਰਹੇ ਨੇ? ਹਾਂਜੀ ਹਾਂਜੀ। ਅੱਛਾ, ਜੇ ਤੁਹਾਡੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਪਿਛੋਕੜ ਕੀ ਆ ਮਨਰਾਜ? ਪਿਛੋਕੜ ਮੈਂ ਵਿਲੇਜ ਖੋਜੇਵਾਲ ਤੋਂ ਹਾਂ, ਇਹ ਜਿਹੜਾ ਕਪੂਰਥਲਾ ਡਿਸਟ੍ਰਿਕਟ 'ਚ ਪੈਂਦਾ ਹੈ। ਅੱਛਾ, ਸਾਡੇ ਮੈਂ ਮੇਰੇ ਇੱਕ ਬੜੀ ਕਿਉਰਿਓਸਿਟੀ ਹੈ ਕਿ ਪਿੰਡਾਂ ਵਾਲਿਆਂ ਨੂੰ ਇੰਨਾ ਖਾਸ ਨਹੀਂ ਹੁੰਦਾ ਹੈਗਾ, ਚਾਹੇ ਉਹ ਠੀਕ ਵੀ ਸੌਖੇ ਘਰਾਂ ਤੋਂ ਵੀ ਹੋਣ ਨਾ, ਉਹ ਉਹਨਾਂ ਨੂੰ ਗੋਲਫ ਨਹੀਂ ਹੁੰਦਾ, ਉਹਨਾਂ ਨੂੰ ਜਾਂ ਤਾਂ ਕਬੱਡੀ ਹੁੰਦੀ ਹੈ ਜਾਂ ਕੋਈ ਹੋਰ ਗੇਮ ਹੁੰਦੀ ਹੈ। ਅਤੇ ਫੈਮਿਲੀ ਦੀ ਕਿੰਨੀ ਕੁ ਸਪੋਰਟ ਹੈ ਮਨਰਾਜ ਨੂੰ? ਫੈਮਿਲੀ ਤਾਂ ਮੈਨੂੰ ਪੂਰੀ ਸਪੋਰਟ ਹੈ, ਮੇਰੇ ਇੰਗਲੈਂਡ ਤੋਂ ਚਾਚਾ ਜੀ ਨੇ, ਉਹ ਵੀ ਪੂਰੀ ਸਪੋਰਟ ਕਰਦੇ ਆ। ਹਾਂਜੀ। ਅੱਛਾ, ਅਤੇ ਅੱਛਾ ਜਦੋਂ ਮਤਲਬ ਇਹ ਕਰਦੇ ਹਾਂ ਕਿ ਤੁਹਾਡੀਆਂ ਅਚੀਵਮੈਂਟਸ ਬਹੁਤ ਨੇ, ਹੈ ਨਾ, ਹੁਣ ਜੇ ਤੁਸੀਂ ਇਸ ਲਈ ਜਿਹੜਾ ਆਇਰਲੈਂਡ ਲਈ ਕੁਆਲੀਫਾਈ ਕੀਤਾ, ਇਸ ਤੋਂ ਇਲਾਵਾ ਹੋਰ ਕਿਹੜੀਆਂ ਅਚੀਵਮੈਂਟਸ ਨੇ? ਹੋਰ ਅਚੀਵਮੈਂਟ, ਇੱਕ ਇੰਡੀਅਨ ਟੂਰ ਚੱਲਦੇ ਆ ਗੋਲਫ 'ਤੇ, IGU ਇੰਡੀਅਨ ਜੂਨੀਅਰ ਗੋਲਫ, ਉੱਥੇ ਪਹਿਲਾਂ ਤਾਂ ਮੈਂ ਖੇਡਦਾ ਸੀ ਫੀਡਰ ਟੂਰ, ਉੱਥੋਂ ਮੈਂ ਕੁਆਲੀਫਾਈ ਕੀਤਾ ਮੇਨ ਟੂਰ ਲਈ। ਉੱਥੇ ਮਤਲਬ ਕਿ ਜੂਨੀਅਰ ਮੇਨ ਟੂਰ ਸਾਰੇ ਖੇਡਦੇ ਆ, ਮਤਲਬ ਕਿ 12-13 ਈਅਰਸ ਐਂਡ 14-17 ਈਅਰਸ ਦੇ ਤੱਕ ਜਿਹੜੇ ਖੇਡਦੇ। ਹਾਂਜੀ। ਅੱਛਾ, ਹੁਣ ਤੁਹਾਡੀ ਉਮਰ ਕਿੰਨੀ ਆ? ਹੁਣ ਮੇਰੀ ਹੈਗੀ ਆ 14 ਈਅਰ। 14 ਈਅਰ। ਅੱਛਾ, ਅਤੇ ਗੋਲ ਕੀ ਹੈ, ਏਮ ਕੀ ਆ ਜੂਨੀਅਰ ਦਾ ਅਤੇ ਜਦੋਂ ਸੀਨੀਅਰ ਦਾ, ਮਤਲਬ ਇੱਕ ਵੱਡਾ ਏਮ ਕੀ ਆ? ਵੱਡਾ ਏਮ ਫਿਲਹਾਲ ਤਾਂ 2-3 ਸਾਲ ਦੇ ਟਰਾਈ ਆ ਕਿ ਪ੍ਰੋਫੈਸ਼ਨਲ ਗੋਲਫ ਟੂਰ ਖੇਲੀਏ, ਉਸ ਤੋਂ ਇਲਾਵਾ ਹੈਗੀ ਆ ਕਿ ਓਲੰਪਿਕਸ ਜਾਣਾ। ਓਲੰਪਿਕਸ ਜਾਣਾ। ਅੱਛਾ, ਇਸ ਵਾਰੀ ਵੀ ਜਿਹੜਾ ਆ ਸਾਡੇ ਮਾਨੇ ਉਦਿਆਨ ਜਿਹੜੇ ਨੇ ਉਹ ਗੋਲਫਰ ਗਏ ਨੇ, ਅਨਰਬਰ ਜਿਹੜੇ ਸੈਕਿੰਡ ਗੋਲਫਰ ਹੋਏ ਨੇ, ਉਸ ਤੋਂ ਪਹਿਲਾਂ ਅਨਰਬਨ ਸਿਲੈਰੀ ਸੀਗਾ। ਇਹ ਲੱਗਦਾ ਹੈ ਕਿ ਇਹ ਗੋਲਫਰ ਘੱਟ ਨਿਕਲਦੇ ਨੇ ਅਤੇ ਤੀਸਰਾ ਗੋਲਫਰ ਸਾਡੇ ਪੰਜਾਬ ਤੋਂ ਹੋਏਗਾ, ਔਰ ਉਹ ਵੀ ਕਪੂਰਥਲਾ ਡਿਸਟ੍ਰਿਕਟ ਤੋਂ। ਹਾਂਜੀ ਹਾਂਜੀ। ਅੱਛਾ, ਅਤੇ ਜਿੱਦਾਂ ਹੁਣ ਮੈਨੂੰ ਇੰਨਾ ਗੋਲਫ ਦੀ ਇਨਫੋਰਮੇਸ਼ਨ ਨਹੀਂ ਹੈਗੀ ਜਾਂ ਨੌਲੇਜ ਨਹੀਂ ਹੈਗੀ, ਇੱਕ ਚੰਗੇ ਗੋਲਫਰ ਦੇ ਵਿੱਚ ਕੀ ਹੋਣਾ ਚਾਹੀਦਾ? ਇੱਕ ਚੰਗੇ ਗੋਲਫ ਕੋਰਸ 'ਚ ਵਧੀਆ ਐਟੀਟਿਊਡ ਹੋਣਾ ਚਾਹੀਦਾ ਹੈ, ਪੇਸ਼ੈਂਸ ਹੋਣੀ ਚਾਹੀਦੀ ਹੈ, ਅਤੇ ਹੋਰ ਤਾਂ ਬਸ ਇੰਨਾ ਹੀ। ਅੱਛਾ, ਮਤਲਬ ਪੇਸ਼ੈਂਸ ਅਤੇ ਐਟੀਟਿਊਡ, ਐਟੀਟਿਊਡ ਮੇਨ ਹੈ। ਐਟੀਟਿਊਡ ਮੇਨ। ਹਾਂਜੀ। ਐਟੀਟਿਊਡ ਕਿਉਂ ਮੇਨ ਹੈ? ਕਿਉਂਕਿ ਕਈ ਵਾਰ ਹਿੱਟ ਲੱਗਦੀ ਨਹੀਂ, ਕੀ ਗੱਲ ਆ? ਠੀਕ, ਤਾਂ ਹੁਣ ਮੈਂ ਸ਼ਾਟ ਮਾਰੀ ਹੈ, ਹੁਣ ਸ਼ਾਟ ਮੇਰੀ ਹੁੰਦੀ ਹੈ ਡਫ, ਮਤਲਬ ਕਿ ਇੱਥੇ ਰਹਿ ਗਈ। ਹੁਣ ਜੇ ਮੈਂ ਉਹ ਸ਼ਾਟ ਮਾਰੀ, ਹੁਣ ਮੈਂ ਕਲੱਬ ਚੱਕ ਕੇ ਪਰੇ ਮਰੀ ਜਾਵਾਂ, ਅਤੇ ਉਹ ਤਾਂ ਫਿਰ ਗੱਲ ਨਹੀਂ ਨਾ ਬਣਦੀ। ਮਤਲਬ ਇਹ ਹੈ ਕਿ ਪੇਸ਼ੈਂਸ ਅਤੇ ਐਟੀਟਿਊਡ ਦੋਵੇਂ ਤੁਹਾਨੂੰ ਮਿਕਸ ਕਰਨਾ ਚਾਹੀਦਾ, ਉਹਦੇ ਨਾਲ ਦੇ ਪਲੇਅਰ ਵੀ ਡਿਸਟਰਬ ਹੁੰਦੇ ਆ। ਅੱਛਾ, ਜਦੋਂ ਆਪਾਂ ਗੱਲ ਕਰਦੇ ਹਾਂ ਇੱਥੇ ਸਾਡੇ ਪੰਜਾਬ ਦੇ ਵਿੱਚ ਤਾਂ ਕੋਈ ਵੀ ਪਲੇਅਰ ਜਿਹੜਾ ਉਹ ਇੰਨੇ ਵੱਡੇ ਲੈਵਲ 'ਤੇ ਵੀ ਨਹੀਂ ਗਿਆ ਹੈਗਾ, ਜਦੋਂ ਤੁਸੀਂ ਨਹੀਂ ਮਤਲਬ ਜਦੋਂ ਹੁਣ ਰੀਸੈਂਟ ਦੀ ਗੱਲ ਕਰ ਰਹੇ ਹਾਂ, ਅਤੇ ਜਦੋਂ ਆਪਾਂ ਦੂਸਰੀ ਗੱਲ ਕਰਦੇ ਹਾਂ ਕਿ ਗੋਲਫਰ ਨਹੀਂ ਹੈਗੇ ਸਾਡੇ ਕੋਲ, ਅਤੇ ਫਿਰ ਕੋਚ ਜਿਹੜੇ ਨੇ ਉਹ ਤੁਹਾਨੂੰ ਤੁਸੀਂ ਸੈਟਿਸਫਾਈ ਹੁੰਦੇ ਹੋ, ਇਨਫਰਾਸਟ੍ਰਕਚਰ ਤੋਂ ਸੈਟਿਸਫਾਈ ਹੋ? ਹਾਂਜੀ ਹਾਂਜੀ, ਮੇਰੇ ਕੋਚ ਹਰਜਨ ਸਿੰਘ ਮੱਟੂ ਪ੍ਰੋਫੈਸ਼ਨਲ ਗੋਲਫਰ ਰਹੇ ਆ ਜੀ। ਹਾਂਜੀ, ਇਹ ਤਾਂ
ਇਹ ਪੀਜੀਟੀਆਈ ਪ੍ਰੋਫੈਸ਼ਨਲ ਖੇਡਦੇ ਸੀਗੇ, ਏਸ਼ੀਆ ਦੇ ਲੌਂਗੈਸਟ ਹਿਟਰ ਰਹੇ। ਤੇ ਮਤਲਬ ਠੀਕ ਹੈ ਕਿ ਸੈਟੀਸਫਾਈ ਹੋ ਕਿ ਤੁਹਾਨੂੰ ਇੱਕ ਪ੍ਰੋਫੈਸ਼ਨਲ ਟ੍ਰੇਨਿੰਗ ਮਿਲ ਰਹੀ ਹੈ। ਯੈਸ। ਇਸ ਟਾਈਮ ਮੇਰੇ ਨਾਲ ਮਨਰਾਜ ਦੇ ਕੋਚ ਨੇ ਹਰਜਿੰਦਰ ਬੱਟੂ। ਜਦੋਂ ਆਪਾਂ ਕੋਚ ਦੀ ਗੱਲ ਕਰਦੇ ਹਾਂ ਤਾਂ ਕੋਚ ਬਹੁਤ ਇੰਪੋਰਟੈਂਟ ਹੁੰਦੇ ਨੇ ਕਿਸੇ ਵੀ ਖਿਡਾਰੀ ਦੇ ਲਈ। ਮੋਟੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮਨਰਾਜ ਨੇ ਕਦੋਂ ਜੁਆਇਨ ਕੀਤਾ ਸੀ ਤੁਹਾਨੂੰ? ਮਨਰਾਜ ਨੇ ਜੀ 2 ਸਾਲ ਹੋ ਗਏ ਪਿਛਲੇ ਮੇਰੇ ਤੋਂ ਕਰਦੇ ਪ੍ਰੈਕਟਿਸ। ਆਹ ਪੂਰਾ ਲੋਕਡਾਊਨ ਕਾਫੀ ਮਿਹਨਤ ਕੀਤੀ ਅਸੀਂ। ਅੱਛਾ, ਕਿਵੇਂ ਦਾ ਪੋਟੈਂਸ਼ੀਅਲ ਹੈ ਮਨਰਾਜ ਦੇ ਵਿੱਚ, ਕਿਵੇਂ ਦਾ ਪੋਟੈਂਸ਼ੀਅਲ ਦੇਖਦੇ ਹੋ? ਗੋਲ ਦੇ ਵਿੱਚ ਪੋਟੈਂਸ਼ੀਅਲ ਜਿਹੜਾ ਇਹਦਾ ਚਾਹੀਦਾ ਹੈ ਕਿ ਮਨਰਾਜ ਬਹੁਤ ਵਧੀਆ ਮੁੰਡਾ ਹੈ, ਇਹਦਾ ਟੈਂਪਰਾਮੈਂਟ ਬਹੁਤ ਅੱਛਾ ਆ, ਫੋਕਸਡ ਬਹੁਤ ਆ, ਮਿਹਨਤ ਤਾਂ ਸਾਰੇ ਪਲੇਅਰ ਕਰਦੇ ਹੁੰਦੇ ਆ। ਕਿ ਜਿਹੜਾ ਗੋਲ ਦੇ ਵਿੱਚ ਆ ਟੈਂਪਰਾਮੈਂਟ ਜ਼ਿਆਦਾ ਜ਼ਰੂਰੀ ਹੁੰਦਾ ਹੈ, ਅਤੇ ਜਿਹੜਾ ਪੇਸ਼ੈਂਸ ਵਾਲਾ ਬੰਦਾ ਹੁੰਦਾ, ਮਨਰਾਜ ਦੀ ਪੇਸ਼ੈਂਸ ਬਹੁਤ ਅੱਛੀ ਹੈ, ਖੁਸ਼ ਰਹਿ ਕੇ ਖੇਡਣ ਵਾਲਾ ਬੰਦਾ ਹੈ, ਬੜਾ ਉਦਾਸ ਨਹੀਂ ਹੁੰਦਾ, ਇਹਦੀ ਖਾਸੀਅਤ ਹੈ, ਮਿਹਨਤ ਤਾਂ ਸਾਰੇ ਹੀ ਕਰਦੇ। ਓਕੇ। ਅੱਛਾ, ਜਦੋਂ ਤੁਸੀਂ ਇੰਟਰਵਿਊ ਕਰ ਰਹੇ ਹੋ ਤਾਂ ਇਹ ਮਨਰਾਜ ਵੀ ਦੇਖੂਗਾ, ਅਤੇ ਮਨਰਾਜ ਲਈ ਇੱਕ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੋ? ਮਨਰਾਜ ਥੋੜ੍ਹੀ ਜਿਹੀ ਮਿਹਨਤ ਹੋਰ ਕਰੇ ਜੀ, ਮੈਂ ਤਾਂ ਇਹ ਚਾਹੁੰਦਾ ਕਿ ਆਉਣ ਵਾਲੇ 3-4 ਸਾਲਾਂ 'ਚ ਅਸੀਂ ਚਾਹੁੰਦੇ ਹਾਂ ਕਿ ਇਹ ਪ੍ਰੋਫੈਸ਼ਨਲ ਗੋਲਫ ਖੇਡੇ, ਹਾਲੇ ਐਮੇਚੁਅਰ ਖੇਡਦਾ ਆ, ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ ਅਸੀਂ ਪ੍ਰੋਫੈਸ਼ਨਲ ਗੋਲਫ ਕਰਨ ਦੀ ਇਹਦੀ ਤਿਆਰੀ ਕਰਵਾ ਦੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਭਾਅ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਅੱਛਾ, ਤੁਸੀਂ ਇੰਟਰਨੈਸ਼ਨਲ ਮੈਚਸ ਦੇ ਲਈ ਵੀ ਟਰਾਈ ਕਰ ਰਹੇ ਹੋ ਹੁਣ, ਕਿਉਂਕਿ ਮੈਂ ਤੁਹਾਡੇ ਕੋਚ ਸਾਹਿਬ ਤੋਂ ਸੁਣਿਆ ਸੀ ਕਿ ਤੁਸੀਂ ਕਹਿੰਦੇ ਕਿ ਦੁਬਈ ਟੂਰ ਦੇ ਲਈ ਅਸੀਂ ਟਰਾਈ ਕਰ ਰਹੇ ਹਾਂ। ਹਾਂਜੀ, ਨੈਕਸਟ ਮੇਰਾ ਅਗਸਤ ਤੋਂ ਸਟਾਰਟ ਹੋਣਾ ਕੁਆਲੀਫਾਈ ਮੈਚ ਨੇ, 5 ਮੈਚ ਹੋਣੇ ਕੁਆਲੀਫਾਈ ਦੇ, ਉਹਦੇ ਵਿੱਚ ਆਬੂ ਧਾਬੀ ਲਈ ਕੁਆਲੀਫਾਈ ਕਰਨਾ ਹੈ ਜੀ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹ ਗੇਮ ਜਿਹੜੀ ਹੈ ਕਿੰਨੀ ਕੁ ਐਕਸਪੈਂਸਿਵ ਹੈ, ਬਾਈਬਲ ਵੀ ਹੋਣੀ ਚਾਹੀਦੀ ਹੈ ਗੇਮ, ਜਿਹੜੇ ਸਾਡੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਗੋਲਫ ਜਿਹੜੀ ਹੈ ਉਹ ਮਹਿੰਗੀ ਹੈ ਕਿ ਸਸਤੀ, ਕਿਉਂਕਿ ਸਾਡਾ ਸਾਰਿਆਂ ਦਾ ਪਰਸੈਪਸ਼ਨ ਹੈ ਕਿ ਬਹੁਤ ਹੀ ਮਹਿੰਗੀ ਗੇਮ ਹੈ। ਹਾਂਜੀ, ਮਹਿੰਗੀ ਤਾਂ ਹੈਗੀ ਹੈ। ਅੱਛਾ, ਕਿਹੜੇ ਕਿਹੜੇ ਖਰਚੇ ਜ਼ਿਆਦਾ ਮੇਨ ਆਉਂਦੇ ਨੇ ਇਹਦੇ 'ਚ? ਪਹਿਲਾਂ ਤਾਂ ਇੱਕ ਮੈਂਬਰਸ਼ਿਪ ਮਹਿੰਗੀ ਹੁੰਦੀ ਹੈ ਗੋਲਫ ਗਰਾਊਂਡ ਦੀ। ਅਰਾਊਂਡ ਕਿੰਨੇ ਦੀ ਹੋ ਸਕਦੀ ਹੈ ਮੈਂਬਰਸ਼ਿਪ? ਅਰਾਊਂਡ 1 ਲੱਖ ਪਲੱਸ ਹੀ ਹੁੰਦੀ ਹੈ ਜੀ, 1 to 1.5 ਪਲੱਸ ਹੀ ਹੁੰਦੀ ਹੈ। ਸਾਰੀ 1.5 ਜਿਹੜੀ ਆ ਉਹ ਪਲੱਸ ਮਿਲਣੀ ਹੈ। ਫਿਰ ਦੂਸਰਾ ਵੱਡਾ ਖਰਚਾ ਕਿਹੜਾ ਹੋ ਸਕਦਾ? ਦੂਸਰਾ ਵੱਡਾ ਖਰਚਾ ਆਪਾਂ ਕਲੱਬਸ ਲੈਣੇ ਆ, ਉਹ ਮੇਨ ਫੁੱਲ ਗੋਲਫ ਪੈਕ ਹੁੰਦਾ ਹੈ, ਉਹ 2.5 ਤੋਂ ਮਿਲਦਾ ਹੈ। ਸੋ ਇੱਕ ਤਰੀਕੇ ਨਾਲ ਵਾਕਈ ਜਿਹੜੀ ਪਰਸੈਪਸ਼ਨ ਨਹੀਂ ਹੈਗੀ, ਸੱਚੀ ਬਹੁਤ ਮਹਿੰਗੀ ਗੇਮ ਹੈ। ਹਾਂਜੀ ਹਾਂਜੀ। ਇਹਦੇ 'ਚ ਫਿਟਨੈਸ ਦੇ ਲਈ ਕੀ ਕਰਦੇ ਹੋ ਤੁਸੀਂ, ਕਿਉਂਕਿ ਦੇਖਿਆ ਕਿ ਉਹ ਜਿਹੜਾ ਤੁਸੀਂ ਹਿੱਟ ਕਰ ਰਹੇ ਸੀਗੇ ਉਹਦੇ 'ਚ ਮਤਲਬ ਉਸ ਹਿਸਾਬ ਦੀ ਫਿਟਨੈਸ ਦੀ ਲੋੜ ਨਹੀਂ ਹੈਗੀ, ਤਾਂ ਫਿਟਨੈਸ ਦੇ ਲਈ ਕੀ ਕਰਦੇ ਹੋ ਪ੍ਰੋਪਰ? ਫਿਟਨੈਸ ਦੇ ਲਈ ਰਨਿੰਗ, ਕੋਰ ਐਕਸਰਸਾਈਜ਼ਿਸ ਕਿ ਸਾਰੀਆਂ। ਅੱਛਾ, ਤਾਂ ਜਿਮ ਵਗੈਰਾ ਹਿੱਟ ਕਰਦੇ ਹੋ ਤੁਸੀਂ? ਨਹੀਂ, ਜਿਮ ਤਾਂ ਨਹੀਂ, ਜਿਮ ਨਹੀਂ ਕਰਦੇ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਗੋਲਫਰ ਦੀ ਗੱਲ ਹੁੰਦੀ ਹੈ ਅਤੇ ਦੂਸਰੇ ਬੰਨੇ ਜੋ ਮੈਂ ਪੁੱਛ ਵੀ ਲਿਆ ਕਿ 3 ਗੱਲਾਂ ਕਿਹੜੀਆਂ ਇੰਪੋਰਟੈਂਟ ਆ, ਪਰ ਫੈਮਿਲੀ ਦੇ ਵਿੱਚੋਂ ਇੱਕ ਬੰਦਾ ਹੁੰਦਾ ਜਿਹੜਾ ਬਹੁਤ ਹੀ ਜ਼ਿਆਦਾ ਸਪੋਰਟ ਕਰਦਾ ਹੈ, ਉਹ ਕੌਣ ਹੈ ਜਿਹੜਾ ਫੈਮਿਲੀ 'ਚ ਸਭ ਤੋਂ ਜ਼ਿਆਦਾ ਸਪੋਰਟ ਕਰਦਾ ਮਨਰਾਜ ਨੂੰ? ਸਭ ਤੋਂ ਜ਼ਿਆਦਾ ਮੇਰੇ ਚਾਚਾ ਜੀ ਬਹੁਤ ਕਰ ਰਹੇ। ਅੱਛਾ, ਉਹ ਇੰਗਲੈਂਡ ਤੋਂ ਇਸ ਕਰਕੇ ਜਾਂ ਫਿਰ ਉਹਨਾਂ ਦਾ ਵੀ ਸ਼ੌਂਕ ਹੈ ਕਿ ਮਨਰਾਜ ਗੋਲਫਰ ਬਣ ਜਾਏ? ਨਹੀਂ, ਸ਼ੌਂਕ ਹੈ ਉਹਨਾਂ ਦਾ, ਸ਼ੌਂਕ ਹੈ। ਹਾਂਜੀ, ਅਤੇ ਫੈਮਿਲੀ ਦੇ ਵਿੱਚ ਹੋਰ ਵੀ ਕੋਈ ਪਲੇਅਰ ਹੈ ਜਾਂ ਸਪੋਰਟਸ ਦੇ ਵਿੱਚ ਸ਼ੌਂਕ ਰੱਖਦਾ ਕੋਈ? ਮੇਰੇ ਮੋਮ ਡੈਡ ਸਪੋਰਟਸ ਰਹੇ। ਓਕੇ। ਉਹ ਦੋਨੇ ਵੇਟ ਲਿਫਟਰ ਸੀਗੇ, ਨੈਸ਼ਨਲ ਲੈਵਲ ਦੇ ਚੈਂਪੀਅਨ ਰਹੇ ਆ, ਸਟੇਟ ਲੈਵਲ ਦੇ। ਅੱਛਾ, ਦੋਵੇਂ ਨੈਸ਼ਨਲ ਲੈਵਲ ਦੇ, ਅਤੇ ਅੱਜ ਕੱਲ੍ਹ ਉਹ ਵੀ ਜੋਬ ਦੇ ਵਿੱਚ ਨਹੀਂ ਆ, ਕਿਵੇਂ ਆ? ਮੋਮ ਤਾਂ ਹਾਊਸ ਵਾਈਫ ਆ ਔਰ ਪਾਪਾ ਜਿੱਦਾਂ ਪੋਲੀਟੀਸ਼ੀਅਨ ਹੈ ਹੁਣ। ਇੱਕ ਆਪਦਾ ਵੀ ਹੁੰਦਾ ਮਨਰਾਜ ਕਿ ਜੇ ਮੈਂ ਇਸ ਪੜਾਅ 'ਤੇ ਚਲੇ ਗਿਆ, ਕਿ ਹੁਣ ਲੌਂਗ ਟਰਮ ਹੈ ਕਿਉਂਕਿ ਤੁਸੀਂ ਜੂਨੀਅਰ 'ਤੇ ਖੇਡ ਰਹੇ ਹੋ, ਸ਼ੋਰਟ ਟਰਮ ਕੀ ਆ ਕਿ ਕਿੱਥੇ ਮਨਰਾਜ ਨੇ 2 ਸਾਲਾਂ ਦੇ ਵਿੱਚ ਆਪਣੇ ਆਪ ਨੂੰ ਦੇਖਣਾ ਹੈ? 2 ਸਾਲਾਂ ਵਿੱਚ ਤਾਂ ਜਿੱਦਾਂ ਤੁਹਾਨੂੰ PGTI ਪ੍ਰੋਫੈਸ਼ਨਲ ਗੋਲਫ ਟੂਰ ਹੈ, ਉਹਦੇ ਵਿੱਚ ਦੇਖਣਾ ਚਾਹੁੰਦਾ। ਉਹਦੇ ਵਿੱਚ ਦੇਖਣਾ ਚਾਹੁੰਦੇ ਹੋ? ਅੱਛਾ, ਇਹ ਇੰਡੀਆ ਦੇ ਵਿੱਚ ਕਿਹੜੇ ਕਿਹੜੇ ਪਲੇਅਰਸ ਆ ਜਿਹੜੇ ਤੁਹਾਡੇ ਆਈਡਲ ਨੇ, ਹੋ ਸਕਦੇ ਕਿ ਤੁਸੀਂ ਕਹਿੰਦੇ ਕਿ ਨਹੀਂ ਨਹੀਂ ਯਾਰ ਉਹ ਮੇਰਾ ਆਈਡਲ ਆ, ਯਾਰ ਇੰਟਰਨੈਸ਼ਨਲ ਕਿਹੜਾ ਤੁਹਾਡਾ ਆਈਡਲ ਆ? ਇੰਟਰਨੈਸ਼ਨਲ ਟਾਈਗਰ ਵੁੱਡ ਆ, ਅਤੇ ਇੰਡੀਅਨ ਦੇ ਦੇਖਿਆ ਜਾਵੇ ਗਗਨਜੀਤ ਬੁੱਲਰ ਔਰ ਮੇਰੇ ਕੋਚ ਸਾਹਿਬ, ਇਹ ਤਾਂ ਪ੍ਰੋਫੈਸ਼ਨਲ ਰਹੇ ਵੀ। ਅੱਛਾ, ਇਹ ਆਈਡਲ ਨੇ, ਅਤੇ ਉਹ ਦਿਨ ਮਾਨੇ ਨਹੀਂ ਹੈ ਜਿਹੜਾ ਹੁਣ ਕੁਆਲੀਫਾਈ ਕੀਤਾ ਹੈ ਓਲੰਪਿਕਸ ਦੇ ਲਈ? ਜੇ ਕੁਆਲੀਫਾਈ ਦੇਖਿਆ ਜਾਵੇ ਤਾਂ ਫਿਰ ਤਾਂ ਉਦਨ ਮਾਨੇ ਠੀਕ ਹੈ, ਨਿਰਬਲ ਲਹਿਰੀ ਵੀ ਠੀਕ ਨੇ। ਹਾਂਜੀ, ਬਟ ਮੇਰਾ ਮੇਨ ਆਈਡਲ ਗਗਨਜੀਤ ਬੁੱਲਰ ਔਰ ਮੇਰੇ ਕੋਚ ਔਰ ਟਾਈਗਰ ਵੁੱਡਸ। ਅੱਛਾ, ਮੈਂ ਪੁੱਛਣਾ ਚਾਹੁੰਗਾ ਟਾਈਗਰ ਵੁੱਡ ਕਿਉਂ ਆ, ਪਹਿਲਾਂ ਆਪਾਂ ਟਾਈਗਰ ਵੁੱਡ ਤੋਂ ਸਟਾਰਟ ਕਰਦੇ ਹਾਂ, ਫਿਰ ਮੈਂ ਹੌਲੀ ਹੌਲੀ ਉਹਨਾਂ ਦੋਨਾਂ ਬਾਰੇ ਵੀ ਪੁੱਛਾਂਗਾ। ਟਾਈਗਰ ਵੁੱਡ ਕਿਉਂ? ਟਾਈਗਰ ਵੁੱਡ ਜਦੋਂ ਇੰਜਰੀਜ਼ ਆਉਂਦੀ ਉਹਦੇ, ਕਿਉਂਕਿ ਮੇਰੇ ਖਿਆਲ ਨਾਲ 1-2 ਸਾਲ ਪਹਿਲਾਂ ਉਹਦੇ ਬੈਕ ਇੰਜਰੀ ਆਈ ਸੀਗੀ, ਉਹ ਬੈਕ ਇੰਜਰੀ ਤੋਂ ਬਾਅਦ ਉੱਠਣਾ ਬਹੁਤ ਔਖਾ ਹੁੰਦਾ, ਉਹਨੇ ਫਿਰ ਸਾਬਿਤ ਕੀਤਾ, ਜਿੱਦਾਂ ਸਾਰੇ ਰਿਪੋਰਟਸ ਕਹਿ ਰਹੇ ਕਿ ਟਾਈਗਰ ਹੁਣ ਫਿਰ ਗੇਮ 'ਚ ਨਹੀਂ ਆਊਗਾ। ਅੱਛਾ, ਇਹ ਉਹੀ ਟਾਈਗਰ ਆ ਜਿਹਦੀ ਗੱਡੀ ਆ ਉਹ ਖਾੜੀ ਤੋਂ ਡਿੱਗਦੀ ਆ ਬਹੁਤ, ਹੈ ਨਾ?
ਅੱਛਾ ਦੁਬਾਰਾ ਉੱਠ ਕੇ ਫਿਰ ਉਹ ਆਪਣੇ ਆਪ ਨੂੰ ਅਪਲਿਫਟ ਕੀਤਾ ਤੇ ਫਿਰ ਦੁਬਾਰਾ ਤੋਂ ਪ੍ਰੋਫੈਸ਼ਨਲ ਚ ਹੁਣ ਫੇਰ ਐਕਸੀਡੈਂਟ ਹੋ ਗਿਆ ਜਦ ਕਿ ਨਾ ਖਾਈ ਦੇ ਹੁਣ ਫੇਰ ਹੋ ਗਿਆ ਐਕਸੀਡੈਂਟ ਨੂੰ ਤਾਂ ਓਕੇ ਓਕੇ ਅੱਛਾ ਤੇ ਇਸ ਤੋਂ ਇਲਾਵਾ ਗਗਨ ਪੁੱਲਰ ਕਿਉਂ ਤੇ ਹਰਮਨ ਮੱਟੂ ਕਿਉਂ ਦੋਹਾਂ ਦਾ ਬਾਰੋਬਾਰੀ ਗਗਨਜੀਤ ਪੁੱਲਰ ਤਾਂ ਮੈਂ ਜਿੱਦਾਂ ਮੇਰੇ ਨਾਲ ਹੀ ਮੈਂ ਕਿ ਮੈਂ ਉਹਨਾਂ ਦਾ ਨਾਲ ਖੇਡਦਾ ਹੁੰਦਾ ਸੀਗਾ ਜਿੱਦਾਂ ਜਦੋਂ ਇੰਡੀਆ ਆਉਂਦੇ ਉਦੋਂ ਮੈਂ ਹਫ਼ਤੇ 'ਚ ਇੱਕ ਦੋ ਵਾਰੀ ਖੇਡਦਾ ਉਹਨਾਂ ਨਾਲ ਅਤੇ ਉਹਨਾਂ ਦੀ ਮੈਨੂੰ ਗੇਮ ਬਹੁਤ ਜਲਦੀ ਬੈਟ ਲੱਗਦੀ ਆ ਉਹ ਵੀ ਏਸ਼ੀਅਨ ਯੂਰੋਪੀਅਨ ਟੂਰ ਦੇ ਪਲੇਅਰ ਹੈ ਅਤੇ ਫਿਰ ਮੱਟੂ ਸਾਹਿਬ ਤਾਂ ਚਲੋ ਤੁਹਾਡੇ ਕੋਚ ਨੇ ਔਰ ਉਹ ਤੁਸੀਂ ਕਹਿੰਦੇ ਹੋ ਕਿ ਉਹ ਤੁਹਾਡੇ ਜਿਹੜੇ ਉਹ ਸਭ ਤੋਂ ਲੌਂਗ ਸ਼ੂਟਰ ਨੇ ਹਾਂਜੀ ਇਸ ਕਰਕੇ ਹਾਂਜੀ ਅੱਛਾ ਇਸ ਗੇਮ ਦੇ ਵਿੱਚ ਇੰਜਰੀ ਕਿਹੜੀ ਕਿਹੜੀ ਹੋ ਜਾਂਦੀ ਹੈ ਜਦੋਂ ਤੁਸੀਂ ਗੋਲਫ ਦੀ ਗੱਲ ਕਰਦੇ ਹੋ ਤਾਂ ਗੋਲਫ ਨੂੰ ਲੈ ਕੇ ਕਿਹੜੀਆਂ ਕਿਹੜੀਆਂ ਇੰਜਰੀਜ਼ ਜਿਹੜੀਆਂ ਨੇ ਉਹ ਕਾਮਨ ਹੋ ਸਕਦੀਆਂ ਨੇ ਰਿਸਟ ਇੰਜਰੀ ਹੋ ਜਾਂਦੀ ਆ ਬੈਕ ਇੰਜਰੀ ਹੋ ਜਾਂਦੀ ਆ ਸਪਾਈਨ ਦੀ ਹੋਰ ਤਾਂ ਬਸ ਮੇਨ ਤਾਂ ਆਹ ਦੋ ਹੀ ਹੈ ਅਤੇ ਇਹਨਾਂ ਇੰਜਰੀਜ਼ ਤੋਂ ਬਚਣ ਦੇ ਲਈ ਪ੍ਰੀਕੋਸ਼ਨਸ ਕਿਹੜੇ ਕਿਹੜੇ ਹੁੰਦੇ ਨੇ ਪ੍ਰੀਕੋਸ਼ਨਸ ਪਹਿਲਾਂ ਇੱਕ ਤਾਂ ਜਿੱਦਾਂ ਹੁਣ ਕਈ ਗੋਲਫਰ ਜਿਹੜੇ ਬਿਗਨਰ ਹੁੰਦੇ ਆ ਉਹਦਾ ਵਾਰਮ ਅਪ ਹੀ ਨਹੀਂ ਕਰਦੇ ਵਾਰਮ ਅਪ ਨਹੀਂ ਕਰਦੇ ਸੀ ਸ਼ੋਟ ਮਾਰਦੇ ਜ਼ੋਰ ਲਾਉਂਦੇ ਆ ਫਿਰ ਜ਼ੋਰ ਲਾ ਕੇ ਉਹ ਜਿੱਦਾਂ ਮਸਲ ਕਈ ਵਾਰ ਖਿੱਚਿਆ ਮਗਰ ਭੁੱਲ ਹੋ ਜਾਂਦਾ ਅਤੇ ਉਹ ਇੰਜਰੀਜ਼ ਹੋਣ ਦਾ ਡਰ ਹੈ ਠੀਕ ਹੈ ਅੱਛਾ ਜਦੋਂ ਤੁਸੀਂ ਸਟਾਰਟ ਕੀਤਾ ਸੀਗਾ ਅਤੇ ਉਹ ਕਿਹੜੀ ਗਲਤੀਆਂ ਸੀ ਜਿਹੜੀਆਂ ਤੁਸੀਂ ਕਰਦੇ ਸੀਗੇ ਅਤੇ ਤੁਹਾਨੂੰ ਲੱਗਦਾ ਕਿ ਓਵਰ ਦਾ ਪੀਰੀਅਡ ਉਹ ਗਲਤੀਆਂ ਜਿਹੜੀਆਂ ਹੁਣ ਮੈਂ ਨਹੀਂ ਕਰ ਰਿਹਾ ਹੁਣ ਮੈਂ ਮੇਨ ਵਾਰਮ ਅਪ ਹੁੰਦਾ ਕਿਉਂਕਿ ਮੈਂ ਦੋ ਵਾਰੀ ਮੇਰੀ ਇੰਜਰੀ ਹਟੀ ਆ ਰਿਸਟ ਇੰਜਰੀ ਰਿਸਟ ਇੰਜਰੀ ਦੋ ਵਾਰ ਆ ਚੁੱਕੀ ਆ ਇੱਕ ਵਾਰੀ ਬੈਂਗਲੋਰ ਖੇਲਣ ਗਿਆ ਸੀਗਾ ਉੱਥੇ ਆ ਗਈ ਅਤੇ ਸੈਕਿੰਡ ਟਾਈਮ ਨੋਇਡਾ ਗੋਲਫ ਕੋਰਸ ਆ ਗਈ ਸੀ ਅੱਛਾ ਮੇਰਾ ਕਿਹੜੀ ਕਲਾਸ 'ਚ ਮਤਲਬ ਮੈਂ ਕਿਹਾ ਅਕੈਡਮਿਕਸ ਬਾਰੇ ਪੁੱਛ ਲਾਂ ਕਿਹੜੀ ਕਲਾਸ 'ਚ ਪੜ੍ਹਦੇ ਹੋ ਮੈਂ ਨਾਈਨਥ ਨਾਈਨਥ 'ਚ ਅੱਛਾ ਅਤੇ ਪੜ੍ਹਨ 'ਚ ਕਿਵੇਂ ਹੋ ਮਨਰਾਜ ਪੜ੍ਹਨ 'ਚ ਵੀ ਵਧੀਆ ਠੀਕ ਅੱਛਾ ਪੜ੍ਹਨ 'ਚ ਵੀ ਵਧੀਆ ਇੱਥੇ ਵੀ ਵਧੀਆ ਅਤੇ ਮੈਨੇਜ ਕਿੱਦਾਂ ਕਰਦੇ ਹੋ ਗੇਮ ਨੂੰ ਅਤੇ ਪੜ੍ਹਾਈ ਨੂੰ ਦੋਹਾਂ ਨੂੰ ਅੱਜ ਦੇਖੋ ਦੇਖੋ ਜੀ ਇਹਦਾ ਡੇ ਟਾਈਮ ਤਾਂ ਮੈਂ ਪ੍ਰੈਕਟਿਸ ਕਰਦਾ ਹਾਂ ਔਰ ਸ਼ਾਮ ਨੂੰ ਮੇਰੇ ਟਿਊਟਰਾਂ ਦੇ ਘਰੇ ਪੜ੍ਹਨ ਅੱਜ ਕੱਲ੍ਹ ਤੁਹਾਡਾ ਵੀ ਆਨਲਾਈਨ ਸਿਸਟਮ ਚੱਲਦਾ ਹੈ ਅਤੇ ਟਿਊਟਰ ਘਰ ਆ ਜਾਂਦਾ ਅੱਛਾ ਸਭ ਤੋਂ ਔਖਾ ਸਬਜੈਕਟ ਕਿਹੜਾ ਲੱਗਦਾ ਔਖਾ SST ਔਖਾ ਲੱਗਦਾ ਮੈਥ ਇੰਗਲਿਸ਼ ਮੈਂ ਚਲੋ ਇੰਗਲਿਸ਼ ਤਾਂ ਸਹੀ ਹੋਊਗਾ ਮੈਥ ਇੰਨਾ ਨਹੀਂ ਮੈਥ ਇੰਨਾ ਨਹੀਂ ਔਖਾ ਜੇ ਮਤਲਬ ਮੌਕਾ ਮਿਲੇ ਤਾਂ ਕੀ ਕਰਨਾ ਚਾਹੋਗੇ ਪੜ੍ਹਾਈ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਕੱਢ ਦੇਣੀਆਂ ਚਾਹੀਦਾ SST ਹਾਂਜੀ ਸੋਸ਼ਲ ਸਟੱਡੀਜ਼ ਕੱਢ ਲਊਂਗਾ ਔਰ ਸਾਇੰਸ ਵੀ ਠੀਕ ਹੈ ਸਾਇੰਸ ਤਾਂ ਈਜ਼ੀ ਹੈ ਬਾਕੀ ਮੈਥ ਸਾਇੰਸ ਤਾਂ ਠੀਕ ਹੀ ਆ ਜਿਹੜੇ ਸਾਰਿਆਂ ਨੂੰ ਔਖੇ ਲੱਗਦੇ ਆ ਮਨਰਾਜ ਨੂੰ ਉਹ ਸਬਜੈਕਟ ਸਾਰਿਆਂ ਤੋਂ ਸੌਖੇ ਲੱਗਦੇ ਆ ਅੱਛਾ ਵਿਹਲੇ ਟਾਈਮ ਕੀ ਕਰਦੇ ਹੋ ਅੱਜ ਕੱਲ੍ਹ ਕਿਹੜੀਆਂ ਕਿਹੜੀਆਂ ਸਾਈਡਾਂ ਜਿਹੜੀਆਂ ਨੇ ਉਹ ਫੋਨ ਦੇ ਵਿੱਚ ਹੈਗੀਆਂ ਨੇ ਮਤਲਬ ਨੈਟਫਲਿਕਸ ਹੈ ਕੀ ਹੈ ਕਿਹੜਾ ਕਿਹੜਾ ਕੁਛ ਹੈ ਫੋਨ ਦੇ ਵਿੱਚ ਫਰੀ ਟਾਈਮ ਤਾਂ ਮੇਰੀ ਗੱਲ ਤਾਂ ਥੋੜ੍ਹਾ ਹੀ ਹੁੰਦਾ ਆ ਉਦੋਂ ਤਾਂ ਫਰੀ ਟਾਈਮ ਜਾਂ ਤਾਂ ਮੈਂ ਇੱਕ ਨੈਪ ਲੈ ਲੈਂਦਾ ਹੁੰਦਾ ਜਾਂ ਫਿਰ ਮੈਂ ਜਾਂ ਫੋਨ 'ਤੇ ਵੀਡੀਓਜ਼ ਕੱਢ ਕੇ ਯੂਟਿਊਬ ਤੋਂ ਕਿ ਕਿੱਦਾਂ ਸਿੰਕ ਹੋਇਆ ਕਿੱਦਾਂ ਬੈਟਰ ਕਰ ਸਕਦੇ ਆਪਾਂ ਗੇਮ ਦੀਆਂ ਵੀਡੀਓਜ਼ ਹਾਂਜੀ ਠੀਕ ਹੈ ਅੱਛਾ ਇਸ ਤੋਂ ਇਲਾਵਾ ਖਾਣ ਪੀਣ ਦਾ ਸ਼ੌਕੀਨ ਹੈ ਮਨਰਾਜ ਕਿ ਨਹੀਂ ਹਾਂਜੀ ਹਾਂਜੀ ਸਭ ਤੋਂ ਚੰਗੀ ਚੀਜ਼ ਕਿਹੜੀ ਲੱਗਦੀ ਖਾਣ 'ਚ ਚੰਗੀ ਕਿਸ ਹਿਸਾਬ ਨਾਲ ਪੁੱਛਣਾ ਤੁਸੀਂ ਮੈਂ ਮਤਲਬ ਜੇ ਮਿੱਠੇ ਚਲੋ ਪੁੱਛ ਲੈਂਦੇ ਆਪਾਂ ਮਿੱਠੇ 'ਚ ਕੀ ਚੰਗਾ ਲੱਗਦਾ ਮਨਰਾਜ ਮਿੱਠੇ 'ਚ ਤਾਂ ਰਸਗੁੱਲੇ ਅਤੇ ਹੋਰ ਕਿਹੜੀ ਹੈ ਜਿਹੜੀ ਮਤਲਬ ਲੱਗਦਾ ਹੋਇਆ ਮਨਰਾਜ ਜਾਂ ਹੁਣ ਸਾਨੂੰ ਮੈਨੂੰ ਉਸ ਵਿੱਚ ਪਨੀਰ ਬਹੁਤ ਪਸੰਦ ਹੈ ਅਤੇ ਬਾਕੀ ਤੁਹਾਨੂੰ ਕੀ ਪਸੰਦ ਹੈ ਮਤਲਬ ਓਵਰਆਲ ਮੈਨੂੰ ਓਵਰਆਲ ਬਟਰ ਚਿਕਨ ਅਤੇ ਬਾਰਬੀਕਿਊ ਠੀਕ ਲੱਗਦਾ ਓਕੇ ਬਟਰ ਚਿਕਨ ਬਾਰਬੀਕਿਊ ਜਿਹੜਾ ਉਹ ਠੀਕ ਲੱਗਦਾ ਸਿਹਤ ਤੋਂ ਹੀ ਲੱਗਦਾ ਕਿ ਮਨਰਾਜ ਇੰਨਾ ਕੁਝ ਖਾਂਦਾ ਹੀ ਹੋਣਾ ਅੱਛਾ ਮਨਰਾਜ ਹੈਂਗ ਆਊਟ ਕਰਦੇ ਹੋ ਮਿੱਤਰਾਂ ਦੋਸਤਾਂ ਦੇ ਨਾਲ ਹਾਂਜੀ ਹਾਂਜੀ ਅਤੇ ਗੇਮ ਦੇ ਨਾਲ ਕਿੱਦਾਂ ਹੁੰਦਾ ਫਿਰ ਜਾਂ ਇੱਥੇ ਦੋਸਤ ਬਣੇ ਹੋਏ ਨੇ ਗੇਮ 'ਚ ਵੀ ਬਣੇ ਹੋਏ ਸਕੂਲ 'ਚ ਵੀ ਹੈਗੇ ਅਤੇ ਫਿਰ ਦੋਹਾਂ ਦਾ ਹੈਂਗ ਆਊਟ ਕਿਵੇਂ ਹੁੰਦਾ ਸਕੂਲ ਵਾਲੇ ਫਰੈਂਡਸ ਨਾਲ ਤਾਂ ਮੈਂ ਥੋੜ੍ਹਾ ਘੱਟ ਹੀ ਹਾਂ ਕਿਉਂਕਿ ਟਾਈਮ ਤਾਂ ਲੱਗਦਾ ਨਹੀਂ ਗੇਮ ਵਾਲੇ ਫਰੈਂਡ ਨਾਲ ਤਾਂ ਅਸੀਂ ਇਕੱਠੇ ਖੇਡ ਲੈਂਦੇ ਹੁੰਦੇ ਹਾਂ ਅਤੇ ਬਾਅਦ 'ਚ ਕਦੇ ਕਦੇ ਇਕੱਠੇ ਹੈਂਗ ਆਊਟ ਕਰ ਲੈਂਦੇ ਹਾਂ ਸ਼ਾਮ ਨੂੰ ਅੱਛਾ ਅਤੇ ਜਦੋਂ ਹੁਣ ਪੜ੍ਹਾਈ ਦੀ ਗੱਲ ਆਪਾਂ ਕਰ ਲਈ ਆ ਪੜ੍ਹਾਈ ਕਿੱਥੋਂ ਤੱਕ ਕਰਨੀ ਆ ਜਾਂ ਕੀ ਸੋਚਦੇ ਹੋ ਕਿ ਕੀ ਕਰਨਾ ਹੈ ਕਿਉਂਕਿ ਤੁਸੀਂ ਤੁਹਾਡਾ ਏਮ ਤਾਂ ਪ੍ਰੋਫੈਸ਼ਨਲ ਗੋਲਫਰ ਦਾ ਹੀ ਆ ਅਤੇ ਪੜ੍ਹਾਈ ਕਿੱਥੋਂ ਤੱਕ ਕਰੋਗੇ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਬੀ ਏ ਕੋ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਤੱਕ ਖਤਮ ਕਰਦਾ ਹਾਂਜੀ ਠੀਕ ਹੈ ਕਈ ਵਾਰ ਇੱਦਾਂ ਲੱਗਦਾ ਹੁੰਦਾ ਕਿ ਜਿਹੜੇ ਸਪੋਰਟਸ ਵਾਲੇ ਮੈਨੂੰ ਇਹ ਬਹੁਤ ਮੈਂ ਸਵਾਲ ਹਰੇਕ ਸਪੋਰਟਸਮੈਨ ਨੂੰ ਪੁੱਛਦਾ ਹੁੰਦਾ ਕਿ ਕਈ ਤਾਂ ਬਹੁਤ ਚੰਗੇ ਨੇ ਕਿ ਉਹ ਨਾਲ ਨਾਲ ਪੜ੍ਹਾਈ ਜਿਹੜੀ ਆ ਜਾਰੀ ਰੱਖਦੇ ਆ ਤੁਹਾਨੂੰ ਕਈ ਕਹਿ ਲੱਗਦਾ ਹੁੰਦਾ ਕਿ ਯਾਰ ਨਹੀਂ ਪੜ੍ਹਾਈ ਨਹੀਂ ਹੋਣੀ ਚਾਹੀਦੀ ਮੈਂ ਆਪਣੇ ਗੇਮ 'ਤੇ ਕੰਸਨਟ੍ਰੇਟ ਕਰ ਲੈਂਦਾ ਸਿਰਫ ਪੇਪਰ ਹੋ ਜਾਂਦੇ ਚੱਲ ਇੱਦਾਂ ਕੁਛ ਹੋ ਜਾਂਦਾ ਮੈਂ ਕਾਲਜ ਸਕਿਪ ਕਰ ਸਕੂਲ ਸਕਿਪ ਕਰ ਲੈਂਦਾ ਇੱਦਾਂ ਕੁਛ ਹੁੰਦਾ ਨਹੀਂ ਨਹੀਂ ਕਿਉਂਕਿ ਸ਼ਡਿਊਲ ਬਣਿਆ ਹੋਇਆ ਜਾਂ ਸ਼ਡਿਊਲ ਤੋਂ ਬਾਅਦ ਜਾਵਾਂਗੇ ਫਿਰ ਤਾਂ ਆਪਾਂ ਨੂੰ ਲੱਗੇਗਾ ਯਾਰ ਇਹ ਕਦ ਰੱਖਿਆ ਇੱਦਾਂ ਕਦ ਰੱਖਿਆ ਅੱਛਾ ਮਨਰਾਜ ਹਲੇ ਤੁਹਾਡੀ ਵੈਸੇ ਏਜ ਬਹੁਤ ਘੱਟ ਆ ਡਿਸਿਪਲਿਨ ਹੋਣਾ ਕਿੰਨਾ ਕੁ ਜ਼ਰੂਰੀ ਆ ਜੇ ਮੈਂ ਸਵਾਲ ਪੁੱਛ ਲਾਂ ਤਾਂ ਡਿਸਿਪਲਿਨ ਤਾਂ ਮਸਟ ਹੈ ਕਿਉਂਕਿ ਡਿਸਿਪਲਿਨ ਕਿਸੇ ਵੀ ਚੀਜ਼ ਨੂੰ ਕਰਨ ਲਈ ਡਿਸਿਪਲਿਨ ਬਹੁਤ ਜ਼ਰੂਰੀ ਹੈ ਹਾਂਜੀ ਜਦੋਂ ਇੱਥੇ ਆਉਂਦੇ ਹੋ ਤਾਂ ਕਿਹੜੀ ਚੀਜ਼ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਖੁਸ਼ੀ ਦਿੰਦੀ ਹੈ ਕਿ ਹੁਣ ਖੇਡਣਾ ਆ ਜਾਂ ਫਿਰ ਇਹ ਹੁੰਦਾ ਕਿ ਅੱਜ ਆਹ ਚੀਜ਼ ਕਰਨੀ ਆ ਜਾਂ ਆਹ ਚੀਜ਼ ਕਰਨੀ ਕੀ ਕੀ ਦਿਮਾਗ 'ਚ ਚੱਲਦਾ ਜਦੋਂ ਇੱਥੇ ਆਉਂਦੇ ਹੋ ਸਟੇਜ ਗਰਾਊਂਡ 'ਚ ਇੱਥੇ ਜਿੱਦਾਂ ਪਹਿਲਾਂ ਤਾਂ ਹੁੰਦਾ ਮੇਰੇ ਫਰੈਂਡਸ ਵੀ ਆਏ ਹੋਣੇ ਆ ਕਿ ਵਧੀਆ ਖੇਲ
ਹਿਟਿੰਗ ਦਾ ਬਹੁਤ ਜ਼ਿਆਦਾ ਵਧੀਆ ਕਿ ਲੰਬੀ ਮਾਰਨੀ ਹੈ ਸਿੱਧੀ ਮਾਰਨੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਦੂਰ ਤੱਕ ਲੈ ਕੇ ਜਾਂਦੀਆਂ ਨੇ ਸੁਪਨੇ ਵੱਡੇ ਨੇ ਔਰ ਮੈਨੂੰ ਉਮੀਦ ਹੈ ਕਿ ਸੁਪਨੇ ਜਦੋਂ ਤੁਹਾਡੇ ਹੁੰਦੇ ਨਾ ਤੁਸੀਂ ਕਿਤੇ ਨਾ ਕਿਤੇ ਪੂਰਾ ਕਰ ਲੈਂਦੇ ਹੋ ਮਨਰਾਜ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਥੈਂਕ ਯੂ ਜ਼ਿੰਦਗੀ ਫੁੱਲਾਂ ਅਤੇ ਸੁਪਨਿਆਂ ਦੇ ਭਰਪੂਰ ਹੈ ਸੁਪਨੇ ਲੈਂਦੇ ਰਹੋ ਕਿਤੇ ਨਾ ਕਿਤੇ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਘੇਰ ਲਓਗੇ ਤਾਂ ਜ਼ਿੰਦਗੀ ਨੂੰ ਜਿਹੜਾ ਹੈ ਬਾਹਾਂ ਵਿੱਚ ਆਪਣੇ ਲੈ ਲਓਗੇ ਘਬਰਾਉਣਾ ਨਹੀਂ ਹੈਗਾ ਇੱਦਾਂ ਡੱਟ ਕੇ ਮਿਹਨਤ ਕਰਦੇ ਰਹਿਣਾ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਈਵੈਂਟ ਜਿਹੜਾ ਹੈ ਹਰ ਸਪੋਰਟਸ ਆ ਉਹਨੂੰ ਕਵਰ ਕਰਾਂ ਅਤੇ ਤੁਹਾਡੇ ਤੱਕ ਪਹੁੰਚਾਵਾਂ ਕੈਮਰਾਮੈਨ ਅਭੀ ਦੇ ਨਾਲ ਮੈਂ ਜਤਿੰਦਰ ਸਿੰਘ ਖਹਿਰਾ ਜਲੰਧਰ ਤੋਂ